ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਸਭ ਦਾ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਤੇ ਮੈਂ ਪ੍ਰੀਤ ਅੱਜ ਇਸ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਡਿਸਕਸ ਕੀਤੀਆਂ ਜਾਣਗੀਆਂ ਸਾਡੇ ਸਟੂਡੈਂਟਸ ਦੀਆਂ ਪ੍ਰੋਬਲਮ ਉਹਨਾਂ ਦੇ ਡਾਊਟਸ ਨੂੰ ਕਲੀਅਰ ਕਰਨ ਦੀ ਇੱਕ ਵਾਰ ਫਿਰ ਤੋਂ ਕਰਾਂਗੇ ਕੋਸ਼ਿਸ਼ ਪਹੁੰਚ ਚੁੱਕਿਆ ਜੀ ਅਸੀਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਆਫਿਸ ਦੇ ਵਿੱਚ ਅਤੇ ਮਿਸਟਰ ਜਸਮੀਤ ਭਾਟੀਆ ਜੀ ਅੱਜ ਇੱਕ ਵਾਰ ਫਿਰ ਤੋਂ ਸਾਡੇ ਨਾਲ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਵੈਲਕਮ ਸਰ ਸਤਿ ਸ਼੍ਰੀ ਅਕਾਲ ਸੋ ਅੱਜ ਇਸ ਸ਼ੋਅ ਦੇ ਵਿੱਚ ਮੈਂ ਗੱਲ ਕਰਨਾ ਚਾਹਾਂਗੀ ਖਾਸ ਕਰਕੇ ਬਹੁਤ ਸਾਰੀ ਇਨਕੁਆਇਰੀ ਸਾਨੂੰ ਆਈਆਂ ਮੈਸੇਜਸ ਆਏ ਈਮੇਲਸ ਆਈਆਂ ਬੱਚਿਆਂ ਨੇ ਕਿਊਬੈਕ ਦੇ ਵਿੱਚ ਅਪਲਾਈ ਕੀਤਾ ਸੀ ਬਹੁਤ ਸਾਰੇ ਬੱਚਿਆਂ ਨੇ ਹੈ ਨਾ ਬਹੁਤ ਸਾਰੇ ਇਮੀਗ੍ਰੇਸ਼ਨ ਕੰਸਲਟੈਂਟਸ ਨੇ ਵੀ ਉਹਨਾਂ ਨੂੰ ਕਿਊਬੈਕ 'ਤੇ ਲਿਖਿਆ ਪਰ ਪ੍ਰੋਬਲਮ ਫੇਸ ਕਰਨੀਆਂ ਪੈ ਰਹੀਆਂ ਉਹਨਾਂ ਨੂੰ ਸੋ ਉਸ ਨੂੰ ਲੈ ਕੇ ਡਿਸਕਸ ਕਰਾਂਗੇ ਸਰ ਜਿਵੇਂ ਮੈਂ ਸ਼ੁਰੂਆਤ ਕੀਤੀ ਹੈ ਬਹੁਤ ਮੈਸੇਜਸ ਆ ਰਹੇ ਨੇ ਬਹੁਤ ਸਾਰੇ ਕੰਸਲਟੈਂਟ ਵੀ ਬੱਚਿਆਂ ਨੂੰ ਕਿਊਬੈਕ ਦੇ ਲਈ ਤਾਂ ਕਾਫੀ ਜ਼ਿਆਦਾ ਪ੍ਰਮੋਟ ਹੋ ਰਿਹਾ ਹੈ ਨਾ ਅਤੇ ਪਰ ਬੱਚਿਆਂ ਨੇ ਅਪਲਾਈ ਕੀਤਾ ਵੀਜ਼ਾ ਵੀ ਆ ਗਏ ਪਰ ਰਿਜ਼ਲਟ ਇੱਕ ਇੱਕ ਸਾਲ ਹੋ ਗਿਆ ਹਜੇ ਤੱਕ ਬੱਚਿਆਂ ਦਾ ਨਹੀਂ ਆਇਆ ਬੱਚੇ ਆਪਾਂ ਕਹਿ ਸਕਦੇ ਹਾਂ ਪ੍ਰੋਪਰ ਤਰੀਕੇ ਦੇ ਨਾਲ ਫਸੇ ਪਏ ਨੇ ਕਨਫਿਊਜ਼ ਨੇ ਸੋ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ ਸੀ ਕਿਊਬੈਕ ਅੱਜ ਦੀ ਡੇਟ 'ਚ ਇੱਕ ਬੜਾ ਸੈਂਸਿਟਿਵ ਮੁੱਦਾ ਬਣ ਚੁੱਕਿਆ ਸਟੂਡੈਂਟਸ ਮੈਨੂੰ ਵੀ ਮਿਲਣ ਆਏ ਜਦੋਂ ਮੈਂ ਵੱਖ ਵੱਖ ਆਫਿਸਿਸ 'ਚ ਵਿਜ਼ਿਟ ਕਰ ਰਿਹਾ ਜਿਵੇਂ ਕਿ ਮੈਂ ਕੱਲ੍ਹ ਲੁਧਿਆਣਾ ਆਫਿਸ 'ਚ ਸੀ ਬਠਿੰਡਾ ਆਫਿਸ 'ਚ ਸੀ ਇਸ ਹਫ਼ਤੇ ਸੋ ਸਟੂਡੈਂਟਸ ਜਿਹੜੇ ਸਾਲ ਸਾਲ ਤੋਂ ਕਾਲਜ ਦੀ ਫੀਸ ਭਰ ਕੇ ਬੈਠੇ ਹੋਏ ਆ ਜੀ ਆਈ ਸੀ ਪੇ ਕਰਕੇ ਬੈਠੇ ਹੋਏ ਆ ਉਹ ਕਹਿ ਰਹੇ ਕਿ ਅਸੀਂ ਵਿਆਜ ਪੇ ਕਰ ਰਹੇ ਹਾਂ ਜਿਹੜਾ ਪੈਸਾ ਅਸੀਂ ਲੈ ਕੇ ਆਪਣੀ ਜ਼ਮੀਨ ਦੇ ਉੱਤੇ ਅਸੀਂ ਪੇ ਕੀਤਾ ਸੀ ਔਰ ਸਾਡਾ ਆਈਡੀਆ ਇਹ ਸੀ ਕਿ 2-4 ਮਹੀਨੇ 'ਚ ਸਾਡਾ ਵੀਜ਼ਾ ਆ ਜਾਏਗਾ ਔਰ ਕੋਵਿਡ ਕਰਕੇ ਉਹ ਸਾਰਾ ਡਿਲੇਅ ਹੋ ਗਿਆ ਸੋ ਸਟੂਡੈਂਟਸ ਆਈ ਕੈਨ ਅੰਡਰਸਟੈਂਡ ਅਸੀਂ ਸਾਰੀ ਸਿਚੁਏਸ਼ਨ ਸਮਝ ਸਕਦੇ ਹਾਂ ਕਿ ਅੱਜ ਦੀ ਡੇਟ 'ਚ ਸਟੂਡੈਂਟ ਬਹੁਤ ਜ਼ਿਆਦਾ ਪਰੇਸ਼ਾਨੀ 'ਚੋਂ ਗੁਜ਼ਰ ਰਹੇ ਨੇ ਖਾਸ ਕਰਕੇ ਕਿਊਬੈਕ ਵਾਲੇ ਸਟੂਡੈਂਟਸ ਬਟ ਜਿੱਥੇ ਸਾਨੂੰ ਸਾਲ ਹੋ ਗਿਆ ਪੇਸ਼ੈਂਸ ਕਰਦਿਆਂ ਹੋਇਆਂ ਮੇਰੀ ਸਾਰਿਆਂ ਨੂੰ ਇਹੀ ਐਡਵਾਈਸ ਹੈਗੀ ਹੈ ਕਿ ਥੋੜ੍ਹਾ ਜਿਹਾ ਅਸੀਂ ਹੋਰ ਇੱਥੇ ਪੇਸ਼ੈਂਸ ਰੱਖੀਏ ਸਾਡੇ ਜਿਹੜੇ ਵਕੀਲ ਹੈਗੇ ਇਮੀਗ੍ਰੇਸ਼ਨ ਲੋਇਰਸ ਹੈਗੇ ਆ ਕੈਨੇਡਾ ਦੇ ਵਿੱਚ ਉਹਨਾਂ ਨੇ IRCC 'ਚ ਗੱਲ ਕੀਤੀ ਉਹਨਾਂ ਨੇ ਹਾਈ ਕਮਿਸ਼ਨ 'ਚ ਵੀ ਫੋਨ ਲਾਏ ਔਰ ਉਹਨਾਂ ਨੇ ਅਪਡੇਟ ਲੈਣ ਦੀ ਕੋਸ਼ਿਸ਼ ਕੀਤੀ ਕਿ ਕੀ ਬਣੇਗਾ ਇੰਨੇ ਸਾਰੇ ਸਟੂਡੈਂਟਸ ਦਾ ਸੋ ਉੱਥੋਂ ਸਾਨੂੰ ਇਹ ਨੌਲੇਜ ਆਈ ਹੈ ਕਿ 8-10,000 ਫਾਈਲਾਂ ਪੈਂਡਿੰਗ ਚੱਲ ਰਹੀਆਂ ਨੇ ਕਿਊਬੈਕ ਪ੍ਰੋਵਿੰਸ ਦੀਆਂ ਜਿਨ੍ਹਾਂ 'ਤੇ ਕੋਈ ਰਿਜ਼ਲਟ ਨਹੀਂ ਆਇਆ ਇੰਨੇ ਸਮੇਂ ਤੋਂ ਸੋ ਖਾਸ ਕਰਕੇ ਉਹ 10 ਕਾਲਜ ਜਿਨ੍ਹਾਂ ਦੇ ਉੱਤੇ ਸਸਪੈਂਸ਼ਨ ਆਈ ਸੀ ਉਹਨਾਂ 10 ਕਾਲਜ ਦੀਆਂ ਸਾਰੀਆਂ ਹੀ ਫਾਈਲਾਂ ਪੈਂਡਿੰਗ ਚੱਲ ਰਹੀਆਂ ਉਹਦੇ ਨਾਲ ਹੀ ਹੋਰ ਵੀ ਕਾਲਜਿਸ ਦੇ ਜਿਹੜੇ ਰਿਜ਼ਲਟ ਹੈਗੇ ਆ ਚੰਗੀਆਂ ਚੰਗੀਆਂ ਯੂਨੀਵਰਸਿਟੀ ਦੇ ਰਿਜ਼ਲਟ ਵੀ ਅਫੈਕਟ ਹੋ ਰਹੇ ਨੇ ਡਿਲੇਅ ਆ ਰਿਹਾ ਬਟ ਸਟੂਡੈਂਟਸ ਨੂੰ ਮੇਰੀ ਇਹੀ ਐਡਵਾਈਸ ਰਹੇਗੀ ਕਿ ਜਿਹੜਾ ਇਹ ਨੰਬਰ ਹੈ ਬਹੁਤ ਵੱਡਾ 8-10,000 ਫਾਈਲਾਂ ਪੈਂਡਿੰਗ ਹੋਣਾ ਔਰ ਇੰਨਾ ਵੱਡਾ ਨੰਬਰ ਹੈਗਾ ਕਿ ਇਸ ਨੰਬਰਸ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਹਾਈ ਕਮਿਸ਼ਨ ਵੱਲੋਂ ਸੋ ਨੰਬਰ ਬਹੁਤ ਵੱਡਾ ਇਟਸ ਅ ਬਿਗ ਮਨੀ ਇਨਵੋਲਵਡ ਔਰ ਜੇ ਅਸੀਂ ਗੱਲ ਕਰੀਏ ਕਿ ਇੰਨੇ ਵੱਡੇ ਸਟੂਡੈਂਟਸ ਇੰਨੇ ਵੱਡੇ ਪੱਧਰ 'ਤੇ ਜਿਹੜੇ ਸਟੂਡੈਂਟਸ ਪੈਂਡਿੰਗ ਹੈਗੇ ਆ ਉਹਨਾਂ ਸਾਰੇ ਸਟੂਡੈਂਟਸ ਨੂੰ ਰਿਜ਼ਲਟ ਦੇਣਾ ਕਿਤੇ ਨਾ ਕਿਤੇ ਸਰਕਾਰਾਂ ਦੀ ਪ੍ਰਾਇਓਰਿਟੀ ਬਣ ਜਾਂਦੀ ਹੈ ਸੋ ਸਾਡੀ ਜੋ ਉਹਨਾਂ ਨਾਲ ਡਿਸਕਸ਼ਨ ਹੋਈ ਉੱਥੋਂ ਇਹ ਪਤਾ ਲੱਗਿਆ ਕਿ ਜਿਹੜੀਆਂ ਫਾਈਲਾਂ ਕਿਊਬਿਕ ਦੀਆਂ ਉਹ ਆਲ ਅੰਡਰ ਪ੍ਰੋਸੈਸ ਹੈ ਐਂਡ ਰਿਵਿਊ ਚੱਲ ਰਿਹਾ ਉਹਨਾਂ ਫਾਈਲਾਂ 'ਤੇ ਸੋ ਦ ਫਾਈਲਸ ਆਰ ਆਲ ਅੰਡਰ ਪ੍ਰੋਸੈਸ ਐਂਡ ਰਿਵਿਊ ਚੱਲ ਰਿਹਾ ਉਹਨਾਂ ਫਾਈਲਾਂ 'ਤੇ ਔਰ ਬਹੁਤ ਜਲਦ ਸਟੂਡੈਂਟਸ ਨੂੰ ਰਿਜ਼ਲਟ ਦੇਖਣ ਨੂੰ ਮਿਲ ਸਕਦੇ ਨੇ ਕਿਊਬਿਕ ਤੋਂ ਸੋ ਜਿੱਥੇ ਸਟੂਡੈਂਟਸ ਨੇ ਸਾਲ ਸਾਲ ਵੇਟ ਕੀਤੀ ਹੈ ਮੈਂ ਉਹ ਸਾਰੇ ਸਟੂਡੈਂਟਸ ਨੂੰ ਇਹੀ ਐਡਵਾਈਸ ਕਰਨਾ ਚਾਹਾਂਗਾ ਕਿ ਥੋੜ੍ਹਾ ਜਿਹਾ ਹੋਰ ਵੇਟ ਕਰ ਲਈਏ ਅਸੀਂ ਮੇ ਬੀ ਬਾਈ ਦਾ ਐਂਡ ਆਫ ਦਿਸ ਮੰਥ ਔਰ ਨੈਕਸਟ 15 ਡੇਜ਼ ਆਏ ਫੀਲ ਕਿ ਰਿਜ਼ਲਟਸ ਤੇਜ਼ੀ ਨਾਲ ਆਉਣੇ ਸ਼ੁਰੂ ਹੋਣਗੇ ਕਿਊਬੈਕ ਦੇ ਔਰ ਸਟੂਡੈਂਟਸ ਜਿਹੜੇ ਕਿ ਵਿਦਡਰੋ ਕਰ ਚੁੱਕੇ ਆ ਫਾਈਲ ਉਹ ਦੈਟ ਇਜ਼ ਅ ਸੈਪਰੇਟ ਇਸ਼ੂ ਉਹ ਲੌਜ ਕਰ ਸਕਦੇ ਆ ਜਾਂ ਫਿਰ ਤੁਸੀਂ ਆਪਣੀ ਨਵੀਂ LOA ਦੇ ਨਾਲ ਅਪਲੋਡ ਕਰ ਸਕਦੇ ਹੋ GCK ਪੋਰਟਲ 'ਤੇ ਫੀ ਰਿਸੀਟ ਐਂਡ ਨਵੀਂ LOA ਇਫ ਯੂ ਆਰ ਏਬਲ ਟੂ ਪੇ ਫੋਰ ਅਨਦਰ ਕਾਲਜ ਸੋ ਦੈਟ ਇਜ਼ ਦ ਸਲਿਊਸ਼ਨ ਫੋਰ ਕਿਊਬੈਕ ਸਟੂਡੈਂਟਸ ਜਿਹੜਿਆਂ ਦੀਆਂ ਫਾਈਲਾਂ ਪੈਂਡਿੰਗ ਚੱਲ ਰਹੀਆਂ ਨੇ ਜੀ ਅੱਛਾ ਸਰ ਜਿਵੇਂ ਤੁਸੀਂ ਦੱਸਿਆ ਔਲਰੇਡੀ ਇੰਨੀ ਵੱਡੀ ਤਾਦਾਦ ਦੇ ਵਿੱਚ ਪੈਂਡਿੰਗ ਨੇ ਪਰ ਦੂਜੇ ਪਾਸੇ ਬਹੁਤ ਸਾਰੇ ਕੰਸਲਟੈਂਟ ਤਾਂ ਹਜੇ ਵੀ ਬੱਚਿਆਂ ਨੂੰ ਕਹਿ ਰਹੇ ਨੇ ਕਿਊਬੈਕ ਦੇ ਵਿੱਚ ਅਪਲਾਈ ਕਰੋ ਬਹੁਤ ਸਾਰੀ ਪ੍ਰਮੋਸ਼ਨ ਚੱਲ ਰਹੀ ਹੈ ਸੋ ਕੀ ਕਹਿਣਾ ਚਾਹੋਗੇ ਬੱਚਿਆਂ ਨੂੰ ਕਿਊਬੈਕ ਦੇ ਵਿੱਚ ਹੁਣ ਅਪਲਾਈ ਕਰਨਾ ਚਾਹੀਦਾ ਹੈ ਕਿ ਫਿਲਹਾਲ ਨਹੀਂ ਅਸੀਂ ਕਿਊਬੈਕ ਦੇ ਵਿੱਚ ਹਲੇ ਨਹੀਂ ਅਪਲਾਈ ਕਰਨਾ ਚਾਹੀਦਾ ਸੋ ਲੈਟ ਦਾ ਸਿਚੁਏਸ਼ਨ ਜੇ ਅਸੀਂ ਦੇਖੀਏ ਤਾਂ ਸਿਚੁਏਸ਼ਨ ਨੂੰ ਅਸੀਂ ਅਸੈਸ ਕਰ ਰਹੇ ਹਾਂ ਔਰ ਕਿਊਬੈਕ ਦੇ ਵਿੱਚ ਹਲੇ ਨਹੀਂ ਅਪਲਾਈ ਕਰਨਾ ਚਾਹੀਦਾ ਮੈਂ ਸਟੂਡੈਂਟਸ ਨੂੰ ਇਹੀ ਐਡਵਾਈਸ ਕਰਾਂਗਾ ਔਰ ਜੇ ਅਸੀਂ ਗੱਲ ਕਰੀਏ ਸੋ ਕਿਊਬੈਕ ਹੋਰ ਪ੍ਰੋਵਿੰਸਿਸ ਦੇ ਜਿਹੜੇ ਵੀਜ਼ਾਜ਼ ਹੈਗੇ ਆ ਉਹ ਬੜੀ ਤੇਜ਼ੀ ਦੇ ਨਾਲ ਆ ਰਹੇ ਨੇ ਸੋ ਹੋਰ ਪ੍ਰੋਵਿੰਸ ਜਿਵੇਂ ਦੇਖਿਆ ਕਿ ਤੁਸੀਂ ਲਾਸਟ ਵੀਕ 'ਚ ਸਾਡੇ ਬਹੁਤ ਵੱਡੇ ਨੰਬਰਸ 'ਚ ਪਾਸਪੋਰਟ ਸਟੈਂਪ ਹੋ ਕੇ ਆਏ ਨੇ ਔਰ ਸਟੂਡੈਂਟਸ ਨੂੰ ਵੀਜ਼ਾਜ਼ ਹੈਂਡ ਓਵਰ ਵੀ ਹੋ ਰਹੇ ਨੇ ਸੋ ਜਿਹੜੇ ਹੋਰ ਪ੍ਰੋਵਿੰਸਿਸ ਦੇ ਵੀਜ਼ਾਜ਼ ਹੈ ਉਹ ਬਹੁਤ ਤੇਜ਼ੀ ਦੇ ਨਾਲ ਆ ਰਹੇ ਹੈ ਔਰ ਮੈਂ ਸਟੂਡੈਂਟਸ ਨੂੰ ਇਹੀ ਐਡਵਾਈਸ ਕਰਾਂਗਾ
कि जल्द तो जल्द असी जी थोड़ी फाइल रेडी है तो किसी होर प्रोविंस अप्लाई करिए और हाले क्यूबेक ते जो पूरी कलैरिटी नहीं आ जाती है तद तक क्यूबेक प्रोविंस नूं सानूं किते ना किते अपनी फाइलां रोक लेनियां चाहीदियां क्यूबेक प्रोविंस लई। सो बिल्कुल जी सही गाइडेंस जी बच्चों को कभी भी नहीं मिल पाती जिस करके बच्चे बहुत ही परेशान होंगे ने। हुण क्यूबेक की गल की जाए एक पासे प्रमोशन चल रही है बहुत सारे एजेंट्स आप कह सकते हैं कि प्रमोशन कर रहे हैं क्यूबेक दे विच अप्लाई करो वीक प्रोफाइल वाले भी अप्लाई कर सकते हैं। सो पर दूजे पासे सर ने जिवें अज क्लीयर किया है कि इन्नी सारी फाइल्स पेंडिंग ने सो बच्चों नूं डर है एक एक साल हो गया फीसां भरिया हुई ने लखां रुपए उन्होंने फसे हुए हैं। सो तुसीं भी प्रॉपर तरीके दे नाल जांच पड़ताल जी वो जरूर करिया करो। सो क्यूबेक दे विच अप्लाई करना जी एक बार क्लीयर जरूर करो। अच्छा सर जिवें तुसीं दस्या कि बाकी वीज़ाज आ रहे हैं वीज़ाज आ रहे हैं पर जिवें हुण मैं जेकर तुहाडे कोलों पुछां ते बच्चे किन्ने कु फ्लाई कर गए ने क्योंकि बहुत सारे बच्चे ऑनलाइन क्लासेस लगा रहे हैं। सो आपां कह सकदे बच्चे की मजबूरी उन्होंने लखां रुपया पे किया कैनेडा जाने के लिए ना कि घर बैठे ऑनलाइन क्लासेस के लिए। बट मैं तुहाडी गल नाल बिल्कुल सहमत हाँ जरूर असीं कैनेडा जाने लई लखां रुपया पे किया बट काफ़ी सारे स्टूडेंट अज की डेट से साडे कोल वॉकिंग होंदे आ जिहड़े कहिंदे आ कि असीं ऑनलाइन क्लासां लाउणा चाहुंदे आ क्योंकि कैनेडा में जिमें बड़ी सहूलत हैगी सी जिहड़े उत्थे पहुँच भी गए सी वो भी कहिंदे सी ऑनलाइन क्लासेस च पढ़ना चाहते हैं और जिहड़े इत्थों भी स्टूडेंट आ वो भी काफ़ी हद तक स्टूडेंट्स कह रहे हैं ऑनलाइन क्लासेस लाना पाने क्योंकि बहुत सारे कॉलेजेस ने सितंबर इनटेक अनाउंस करता है कि इट विल बी ऑफलाइन इनटेक जिमें अलगोमा यूनिवर्सिटी ने अनाउंस करता है इट विल बी ऑफलाइन अलबर्टा के सारे कॉलेजेस ने अनाउंस करता है नॉर्थवेस्ट बाओ वैली लैथब्रिज मेडिसन हैट कॉलेज कैमसन कॉलेज ब्रिटिश कोलंबिया यूनिवर्सिटी कैनेडा वैसट इन्हें सारे कॉलेजों ने अनाउंस करता है कि सितंबर इनटेक जोड़ा है वो ऑफलाइन होएगा विद प्रकॉशनस एंड जो ये न्यूज़ सारे स्टूडेंट्स तक पता लगी है तो उन्होंने स्टूडेंट्स ने यह डिसाइड कर लिया कि असी हूँ ऑफलाइन पढ़ना पेगा तो थोड़ा जहा उन्होंने लग औखा लग रहा कि हूँ सानू क्लासा जाना पेगा बिकॉज यू टेन टू सेव जी आन जान की कॉस्ट है तुम सेव करते हो घर बैठे तुम पढ़ रहे हो तुम ईजी माहौल पढ़ रहे हो चाहे तुम इंडिया चो चाहे कैनेडा चो यू आर सेविंग लॉट ऑफ मनी बट येस हूँ स्टूडेंट्स जोड़े है कैनेडा पहुँच रहे हैं साढ़े ही 400-500 स्टूडेंट हले तक कैनेडा अपड़ चुके हैं मतलब पहुँच चुके हैं और उन्होंने सारे सैटल जिन्होंने क्वारंटाइन प्लैन लेना सी क्वारंटाइन प्लैन ले लिया जोड़े स्टूडेंट साढ़े के कहते हैं जिन्होंने कोविड टैसट करा के जा रहे हैं अज की डेट से जी नवी रिक्वायरमेंट है कि कोविड टैसट करा के जाना है वो कोविड टैसट करा के जा रहे हैं अकोमोडेशन अज की डेट जी 3 दिन की है मैंडेटरी है होटल की वह भी स्टूडेंट्स लैके जा रहे हैं। सो जिन्हें भी स्टूडेंट्स हूँ वीज़ाज आ रहे हैं जे तुसी ऑनलाइन क्लासा ला रहे हो तुसी ट्रैवल कर सकते हो। सो ये एक ट्विस्ट हैगा कि काफ़ी सारे स्टूडेंट्स कहते हैं कि मैं डेफर ले लिया सितंबर इनटेक का तो हूँ मैं ट्रैवल कर सकता कि नहीं कर सकता। सो जे तुसी डेफर ले लेंदे हो नैक्सट इनटेक का फिर तुसी ट्रैवल नहीं कर सकते हो तुसी 21 दिन पहला ही जा सकते हो सपोज तुहाडियां क्लासा 10 सितंबर नूं है तो तुसी 20 अगस्त तो बाद जा सकते हो। सो स्टूडेंट्स जे तुसी डेफर ले रहे हो फिर तुसी ये ख्याल रखना कि तुसी ट्रैवल ना करो और जे तुसी ऑनलाइन क्लासा च रजिस्टर्ड हो या ऑनलाइन क्लासा लगा रहे हो तो तुसी बेशक कैनेडा ट्रैवल कर सकते हो जी। अच्छा सर जिन्होंने चलो ऑनलाइन क्लासेस इत्थे लगा लिया एक साल तो ऑलमोस्ट लगा रहे हैं ना क्लासेस लगा लिया पर उस तो बाद उन्होंने वर्क परमिट या PR दे विच तां कोई दिक्कत नहीं आएगी ना क्योंकि बच्चों का डर हैगा कि एक साल तो असीं इत्थे पढ़ लिया हुण इह ना होवे कि साडा कोर्स ही 1 साल या 2 साल का सीगा हुण कैनेडा सानू वर्क परमिट ना दे या फिर PR ना दे। सो स्टूडेंट्स जिहड़े ऑनलाइन क्लासेस लगा रहे हैं सो मेरी उन्होंने एडवाइज़ है कि कोई भी प्रॉब्लम उन्होंने नहीं आएगी जो PR लिए अपनी फाइल लाएंगे या वर्क परमिट लिए फाइल लाएंगे। सो नवे रूल्स के अकॉर्डिंगली तुसी चाहे पूरी स्टडी 30 दिसंबर तक इंडिया च कंप्लीट कर लेंदे हो या ऑनलाइन कंप्लीट कर लेंदे हो यू विल गैट फुल पोस्ट ग्रैजुएट वर्क परमिट। सो जो नवे रूल्स हैं वह स्टूडेंट्स के फेवर च हैं और स्टूडेंट्स को मेरी यही एडवाइस रहेगी कि जे तुसी कैनेडा विच भी अपन क्लासा रेगूलर लगाओ बहुत सारे स्टूडेंट इदा के है जिड़िया अपना क्लासा मिस कर रहे हैं बहुत सारे स्टूडेंट्स इदा के है जेडे पढ़ाई च इन्ना ज़्यादा ध्यान नहीं दे रहे हैं बहुत सारे स्टूडेंट्स इदा के है जिड़े कुछ सस्पेंड भी हो गए हैं कॉलेज राही कोई चीटिंग करन करके या कोई प्लैगरिज्म करके। सो स्टूडेंट्स को मेरी एडवाइस है कि पढ़ाई बहुत जरूरी है चाहे तुसी कैनेडा च भी ऑनलाइन क्लासा ला रहे हो वो भी बहुत जरूरी है जो तुसी वर्क परमिट लेना चाहते हो। सो बिल्कुल जी ऑनलाइन क्लासेस बारे सने क्लियर कर दिया बाकी जो डर बच्चों के मन में यह है कि वर्क परमिट मिलेगा कि नहीं मिलेगा PR मिलेगी कि नहीं मिलेगी क्योंकि सानू भी पता है
ਇਹੀ ਕਲੀਅਰ ਹੈ ਕਿ 90% ਸਟੂਡੈਂਟ ਜਿਹੜੇ ਹੁੰਦੇ ਨੇ ਉਹਨਾਂ ਨੇ ਸਿਰਫ ਮਕਸਦ ਸਟੱਡੀ ਕਰਨਾ ਨਹੀਂ ਹੁੰਦਾ, ਉਹਨਾਂ ਨੇ ਅੱਗੇ ਸੈਟਲ ਵੀ ਹੋਣਾ ਹੁੰਦਾ ਹੈ ਕੈਨੇਡਾ ਦੇ ਵਿੱਚ। ਸੋ ਇਹੀ ਬੱਚਿਆਂ ਨੂੰ ਕਨਫਿਊਜ਼ਨ ਸੀ ਕਿ ਪੜ੍ਹ ਅਸੀਂ ਇੰਡੀਆ ਦੇ ਵਿੱਚ ਰਹੇ, ਔਨਲਾਈਨ ਕਲਾਸਿਸ ਲਗਾ ਰਹੇ ਹਾਂ, ਪਰ ਇਹ ਨਾ ਹੋਵੇ ਕਿ ਹੁਣ ਕੈਨੇਡਾ ਸਾਨੂੰ ਵਰਕ ਪਰਮਿਟ ਨਾ ਦੇ, ਸਾਨੂੰ PR ਨਾ ਦੇ। ਸੋ ਉਸ ਬਾਰੇ ਸਰ ਨੇ ਕਲੀਅਰ ਕਰ ਦਿੱਤਾ ਅੱਜ ਦੇ ਸ਼ੋਅ ਦੇ ਵਿੱਚ। ਆਈ ਹੋਪ ਚੰਗੇ ਤਰੀਕੇ ਦੇ ਨਾਲ ਤੁਸੀਂ ਸੁਣਿਆ ਹੋਏਗਾ ਸ਼ੋਅ, ਅੱਗੇ ਵੀ ਸੁਣੋ। ਬਾਕੀ ਤੁਸੀਂ ਕਾਲਸ ਜਿਹੜੀਆਂ ਕਰ ਸਕਦੇ ਹੋ, ਲੈਂਡਮਾਰਕ ਇਮੀਗ੍ਰੇਸ਼ਨ ਦੇ ਨੰਬਰ ਜਿਹੜੇ ਨੇ ਲਗਾਤਾਰ TV ਸਕਰੀਨ 'ਤੇ ਫਲੈਸ਼ ਹੋ ਰਹੇ ਨੇ। YouTube ਚੈਨਲ 'ਤੇ ਜਾ ਕੇ ਵੀ ਤੁਸੀਂ ਸ਼ੋਜ਼ ਦੇਖ ਸਕਦੇ ਹੋ, ਰੈਗੂਲਰ ਜਿਹੜਾ ਅਪਡੇਸ਼ਨ ਹੁੰਦੀ ਰਹਿੰਦੀ ਹੈ, ਵੀਜ਼ਾ ਦੀ ਵੀ ਹੁੰਦੀ ਰਹਿੰਦੀ ਹੈ, ਬਾਕੀ ਸ਼ੋਜ਼ ਦੀ ਵੀ ਹੁੰਦੀ ਰਹਿੰਦੀ ਹੈ, ਤਾਂ ਕਿ ਤੁਹਾਨੂੰ ਘਰ ਬੈਠੇ ਹੀ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਜਾਣਕਾਰੀ ਮਿਲਦੀ ਰਹੇ। ਜੋ ਵੀ ਆਫਿਸ ਤੁਹਾਨੂੰ ਨਜ਼ਦੀਕ ਪੈਂਦਾ, ਤੁਸੀਂ ਉੱਥੇ ਪਹੁੰਚਣਾ ਜੀ ਆਪਣੇ ਪ੍ਰੋਪਰ ਡਾਕੂਮੈਂਟਸ ਦੇ ਨਾਲ। ਇੱਕ ਵਾਰ ਪ੍ਰੋਫਾਈਲ ਜਿੱਦਾਂ ਦਾ ਵੀ ਹੈ, ਇੱਕ ਵਾਰ ਜ਼ਰੂਰ ਪਹੁੰਚਿਆ ਕਰੋ, ਸਲਾਹ ਜਿਹੜੀ ਆ ਉਹ ਜ਼ਰੂਰ ਲਿਆ ਕਰੋ, ਕਿਤੇ ਨਾ ਕਿਤੇ ਹੋਪ ਜਿਹੜੀ ਆ ਉਹ ਤੁਹਾਨੂੰ ਮਿਲ ਸਕਦੀ ਹੈ ਐਕਸਪਰਟਸ ਦੇ ਦੁਆਰਾ। ਸਰ, ਅਸੀਂ ਜੇਕਰ ਗੱਲ ਕਰੀਏ ਹੁਣ ਕੋਵਿਡ ਦੀ ਵਜ੍ਹਾ ਦੇ ਨਾਲ ਐਗਜ਼ਾਮ ਜਿਹੜੇ ਬੱਚਿਆਂ ਦੇ ਲੇਟ ਹੋਈ ਜਾ ਰਹੇ ਨੇ, ਪਲੱਸ ਟੂ ਵਾਲੇ ਜਿਨ੍ਹਾਂ ਦੇ ਹੁਣ ਹੋਣੇ ਸੀ ਉਹਨਾਂ ਦੇ ਜੂਨ ਜੁਲਾਈ ਦੇ ਵਿੱਚ ਜਾ ਕੇ ਹੋਣਗੇ, ਸੋ ਉਹਨਾਂ ਨੂੰ ਤੁਸੀਂ ਕੀ ਐਡਵਾਈਸ ਦਿਓਗੇ ਕਿ ਕਦੋਂ ਉਹ ਜਾ ਕੇ ਅਪਲਾਈ ਕਰਨ, ਕਿਉਂਕਿ ਜੂਨ ਜੁਲਾਈ 'ਚ ਐਗਜ਼ਾਮ ਹੋਣਗੇ, ਫਿਰ ਰਿਜ਼ਲਟ ਆਉਣ ਨੂੰ ਵੀ ਟਾਈਮ ਲੱਗੇਗਾ, ਸੋ ਇਨਟੇਕ ਉਹਨਾਂ ਨੂੰ ਲੱਗਦਾ ਕਿ ਸਾਡੇ ਇਨਟੇਕ ਜਿਹੜੇ ਉਹੀ ਮਿਸ ਹੋ ਜਾਣਗੇ? ਸੀ, ਮੈਂ ਸਟੂਡੈਂਟਸ ਜਿਹੜੇ ਇਸ ਸਾਲ ਪੇਪਰ ਦੇਣਗੇ, ਸੋ ਉਹਨਾਂ ਨੂੰ ਮੇਰੀ ਇਹੀ ਐਡਵਾਈਸ ਹੈ, ਜੇ ਉਹਨਾਂ ਕੋਲ ਟਾਈਮ ਹੈ ਤਾਂ ਦੇ ਕੈਨ ਡੂ ਆਈਲੈਟਸ ਬਿਫੋਰ ਦੇ ਗਿਵ ਦੇਅਰ ਫਾਈਨਲ ਐਗਜ਼ਾਮ। ਸੋ ਆਪਣੇ ਫਾਈਨਲ ਐਗਜ਼ਾਮ ਦੇਣ ਤੋਂ ਪਹਿਲਾਂ ਯੂ ਕੈਨ ਡੂ ਯੋਰ ਆਈਲੈਟਸ ਐਗਜ਼ਾਮ ਐਂਡ ਤੁਸੀਂ ਆਈਲੈਟਸ 'ਚ ਆਪਣੇ ਰਿਜ਼ਲਟ ਲੈ ਲਓ। ਔਰ ਮੇਰੇ ਹਿਸਾਬ ਨਾਲ ਮੈਨੂੰ ਬਹੁਤ ਸਾਰੇ ਸਟੂਡੈਂਟਸ ਇੱਦਾਂ ਦੇ ਮਿਲ ਕੇ ਗਏ ਹਨ ਜਿਨ੍ਹਾਂ ਨੇ ਆਲਰੇਡੀ ਆਈਲੈਟਸ ਕਰ ਲਿਆ ਹੋਇਆ, ਸੋ ਦੇ ਆਰ ਟੇਕਿੰਗ ਐਡਵਾਈਸ ਫਰੋਮ ਮੀ ਕਿ ਹੁਣ ਅਸੀਂ ਕਿੱਥੇ ਅਪਲਾਈ ਕਰੀਏ, ਕਿਹੜੇ ਕਾਲਜ 'ਚ ਅਪਲਾਈ ਕਰੀਏ। ਸੋ ਸਟੂਡੈਂਟਸ ਨੂੰ ਮੇਰੀ ਇਹ ਐਡਵਾਈਸ ਹੈ, ਜੇ ਤੁਸੀਂ ਆਈਲੈਟਸ ਕਰ ਲਿਆ ਦੈਨ ਓਨਲੀ ਯੂ ਵਿਲ ਬੀ ਏਬਲ ਟੂ ਗੋ ਇਨ ਟੂ ਜਨਵਰੀ 2022। ਸੋ ਸਪਤੰਬਰ ਬਹੁਤ ਫੁੱਲ ਚੱਲ ਰਿਹਾ, ਬਹੁਤ ਜ਼ਿਆਦਾ ਰਸ਼ ਹੈ ਇਸ ਟਾਈਮ ਫੋਰ ਸਪਤੰਬਰ 21। ਸੋ ਜਿਹੜੇ ਇਸ ਸਾਲ ਪੇਪਰ ਦੇਣਗੇ ਦੇ ਵਿਲ ਬੀ ਓਨਲੀ ਏਬਲ ਟੂ ਗੋ ਜਨਵਰੀ 22 'ਚ। ਔਰ ਅੱਜ ਦੀ ਡੇਟ 'ਚ ਜਿਹੜਾ ਸਪਤੰਬਰ 'ਚ ਸਟੂਡੈਂਟ ਅਪਲਾਈ ਕਰ ਰਿਹਾ, 18 ਪਾਸ ਆਊਟ ਸਟੂਡੈਂਟ ਵੀ ਪੈਂਡਿੰਗ ਚੱਲ ਰਿਹਾ, 19 ਪਾਸ ਆਊਟ ਸਟੂਡੈਂਟ ਵੀ ਪੈਂਡਿੰਗ ਚੱਲ ਰਿਹਾ, ਔਰ 20 ਪਾਸ ਆਊਟ ਸਟੂਡੈਂਟ ਵੀ ਪੈਂਡਿੰਗ ਚੱਲ ਰਿਹਾ। ਕਾਫੀ ਬੱਚੇ ਆਈਲੈਟਸ ਨਹੀਂ ਕਰ ਪਾਏ, ਕਾਫੀ ਬੱਚਿਆਂ ਦਾ ਸਕੋਰ ਘੱਟ ਸੀ, ਉਹ ਸਕੋਰ ਇੰਪਰੂਵ ਕਰਦੇ ਰਹੇ। ਨੋਰਮਲੀ 2 ਸਾਲ ਸਟੂਡੈਂਟ ਲਗਾ ਦਿੰਦੇ ਆ, ਕਈ ਆਈਲੈਟਸ ਕਰਦਿਆਂ ਟਾਈਮ ਹੋ ਜਾਂਦਾ ਉਹਨਾਂ ਨੂੰ। ਸੋ ਅੱਜ ਦੀ ਡੇਟ 'ਚ 3 ਸਾਲਾਂ ਦੇ ਸਟੂਡੈਂਟਸ ਦਾ ਬੈਕਲੋਗ ਚੱਲ ਰਿਹਾ। ਸੋ ਜਿਹੜੇ ਸਪਤੰਬਰ 21 'ਚ ਪੂਰਾ ਰਸ਼ ਇਸ ਟਾਈਮ ਹੈਗਾ, ਕਾਲਜਿਸ ਦੇ ਬਹੁਤ ਸਾਰੇ ਕੋਰਸਿਸ ਵੇਟ ਲਿਸਟ ਹੋ ਗਏ ਆ, ਬਹੁਤ ਸਾਰੇ ਕਾਲਜਿਸ ਕਲੋਜ਼ ਹੋ ਚੁੱਕੇ ਨੇ ਆਉਣ ਵਾਲੇ ਇਨਟੇਕਸ ਲਈ। ਸੋ ਜੇ ਸਟੂਡੈਂਟ ਤੁਸੀਂ ਆਈਲੈਟਸ ਕੀਤੀ ਹੋਈ ਹੈ ਔਰ ਤੁਸੀਂ ਪੁਰਾਣੇ ਸਾਲਾਂ 'ਚ ਹੈਗੇ ਹੋ, 20-18 'ਚ ਹੈਗੇ ਹੋ, ਤਾਂ ਜਲਦ ਤੋਂ ਜਲਦ ਆਪਣਾ ਕੇਸ ਅਪਲਾਈ ਕਰੋ ਫੋਰ ਸਪਤੰਬਰ 21। ਜੇ ਤੁਸੀਂ ਮੈਨੂੰ ਪਰਸਨਲੀ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਮੇਰਾ ਸ਼ਡਿਊਲ ਫੇਸਬੁੱਕ ਪੇਜ ਤੋਂ ਫੋਲੋ ਕਰ ਸਕਦੇ ਹੋ, ਕਿਉਂਕਿ ਮੈਂ ਫੇਸਬੁੱਕ ਪੇਜ 'ਤੇ ਆਪਣਾ ਸ਼ਡਿਊਲ ਪਾਉਂਦਾ। ਔਰ ਨੈਕਸਟ ਵੀਕ ਮੈਂ ਟਿਊਜ਼ਡੇ ਨੂੰ ਜਲੰਧਰ ਔਫਿਸ ਹੋਵਾਂਗਾ ਔਰ ਥਰਸਡੇ ਨੂੰ ਆਈ ਵਿਲ ਬੀ ਇਨ ਮੋਗਾ ਔਫਿਸ। ਸੋ ਨੈਕਸਟ ਵੀਕ ਮੈਂ ਜਲੰਧਰ ਔਰ ਮੋਗਾ ਔਫਿਸ ਕਵਰ ਕਰਾਂਗਾ। ਤੁਸੀਂ ਜਲੰਧਰ ਸਾਡਾ NRI ਬ੍ਰਾਂਚ ਦੇ ਥੱਲੇ ਹੈ ਲੈਂਡਮਾਰਕ ਦਾ ਔਫਿਸ, ਔਰ ਮੋਗਾ 'ਚ ਸਾਡਾ ਅਕਾਲਸਰ ਚੌਂਕ ਦੇ ਨਾਲ ਹੀ ਸੈਕਿੰਡ ਫਲੋਰ 'ਤੇ ਸਾਡਾ ਔਫਿਸ ਹੈ, ਪੂਰਾ ਹਾਈਵੇ ਉੱਤੇ ਹੀ ਹੈ ਸਾਡਾ ਲੈਂਡਮਾਰਕ ਇਮੀਗ੍ਰੇਸ਼ਨ ਦਾ ਔਫਿਸ, ਤੁਸੀਂ ਮੈਨੂੰ ਉੱਥੇ ਆ ਕੇ ਮਿਲ ਸਕਦੇ ਹੋ। ਅੰਮ੍ਰਿਤਸਰ 'ਚ ਰਣਜੀਤ ਐਵਨਿਊ 'ਚ ਹੈ ਸਾਡਾ ਔਫਿਸ, ਐਂਡ ਲੁਧਿਆਣਾ ਵਿੱਚ ਪੱਖੋਵਾਲ ਰੋਡ 'ਤੇ ਹੈ ਸਾਡਾ ਔਫਿਸ, ਮੋਹਾਲੀ 'ਚ ਇੰਡਸਟਰੀਅਲ ਏਰੀਆ ਫੇਸ 8B 'ਚ, ਚੰਡੀਗੜ੍ਹ 'ਚ ਸੈਕਟਰ 41 'ਚ, ਵਡੋਦਰਾ 'ਚ ਅਟਲਾਂਟਿਸ K10 'ਚ ਔਫਿਸ ਸਿਚੁਏਟਡ ਹੈਗਾ ਲੈਂਡਮਾਰਕ ਇਮੀਗ੍ਰੇਸ਼ਨ ਦਾ। ਸੋ ਵੱਖ ਵੱਖ ਲੋਕੇਸ਼ਨਸ 'ਤੇ ਸਾਡਾ ਔਫਿਸ ਹੈ, ਐਂਡ ਬਠਿੰਡਾ ਵਿੱਚ ਅਜੀਤ ਰੋਡ 'ਤੇ ਰੀਸੈਂਟਲੀ ਓਪਨ ਹੋਇਆ ਲੈਂਡਮਾਰਕ ਇਮੀਗ੍ਰੇਸ਼ਨ ਦਾ ਔਫਿਸ, ਤੁਸੀਂ ਮੈਨੂੰ ਬਠਿੰਡਾ ਔਫਿਸ ਆ ਕੇ ਵੀ ਮਿਲ ਸਕਦੇ ਹੋ ਜਦੋਂ ਮੇਰਾ ਟਰੈਵਲ ਸ਼ਡਿਊਲ ਹੋਏਗਾ। ਸਾਡੀ ਟੀਮ ਵਿੱਚੋਂ ਕੋਈ ਨਾ ਕੋਈ ਜ਼ਰੂਰ ਔਰ ਡਿਫਰੈਂਟ ਔਫਿਸਿਸ 'ਚ ਵਿਜ਼ਿਟ ਕਰ ਰਿਹਾ ਐਕਸਪਰਟ ਟੀਮ, ਜਿਵੇਂ ਸਾਡੇ ਗੁਰਪ੍ਰੀਤ ਸਰ, ਕਰਨ ਸਰ, ਸਨੀ ਹੋ ਗਏ, ਇਹ ਵੱਖ ਵੱਖ ਔਫਿਸਿਸ 'ਚ ਟਰੈਵਲ ਕਰਦੇ ਰਹਿੰਦੇ ਆ, ਔਰ ਇਹਨਾਂ ਦੀ ਐਕਸਪਰਟ ਗਾਈਡੈਂਸ ਦੇ ਨਾਲ ਤੁਸੀਂ ਆਪਣਾ ਕੇਸ ਅਪਲਾਈ ਕਰ ਸਕਦੇ ਹੋ। ਸੋ ਬਿਲਕੁਲ ਜੀ, ਆਈ ਹੋਪ ਅੱਜ ਦੇ ਇਸ ਸ਼ੋਅ ਦੇ ਵਿੱਚ ਕਲੀਅਰ ਹੋ ਗਿਆ ਹੋਏਗਾ ਜੀ। ਜਸਮੀਤ ਸਰ ਨੇ ਖੁਦ ਕਲੀਅਰ ਕੀਤਾ ਕਿਊਬੈਕ ਬਾਰੇ ਬੱਚਿਆਂ ਨੂੰ, ਖਾਸ ਕਰਕੇ ਐਡਵਾਈਸ ਦਿੱਤੀ ਗਈ ਹੈ ਕਿ ਅਪਲਾਈ ਫਿਲਹਾਲ ਨਾ ਕਰੋ, ਕਿਉਂਕਿ ਬਹੁਤ ਸਾਰੀਆਂ ਫਾਈਲਸ ਜਿਹੜੀਆਂ ਪੈਂਡਿੰਗ ਚੱਲ ਰਹੀਆਂ ਨੇ। ਫਿਰ ਉਸ ਤੋਂ ਇਲਾਵਾ ਗੱਲ ਅਸੀਂ ਬਾਕੀ ਸਟੂਡੈਂਟਸ 'ਤੇ ਵੀ ਕੀਤੀ ਹੈ, ਅਪਲਾਈ ਕਰ ਸਕਦੇ ਹੋ ਜੀ। ਸਪਤੰਬਰ ਇਨਟੇਕ ਜਿਹੜਾ ਹੈਗਾ, ਇਹ ਨਾ ਸੋਚੋ ਕਿ ਟਾਈਮ ਬਹੁਤ ਪਿਆ, ਹਜੇ 5 ਕੁ ਮਹੀਨੇ ਪਏ ਨੇ, ਅਸੀਂ ਹੌਲੀ ਹੌਲੀ ਅਪਲਾਈ ਕਰ ਲਾਂਗੇ, ਲੇਟ ਕਰ ਲਾਂਗੇ, ਕਿਉਂਕਿ ਕਲਾਸਿਸ ਕਿਤੇ ਨਾ ਕਿਤੇ ਡੈਫਰ ਵੀ ਹੋ ਰਹੇ ਨੇ ਬੱਚੇ। ਸੋ ਇਸ ਕਰਕੇ ਇਨਟੇਕ ਜਿਹੜਾ ਉਹ ਜਲਦੀ ਕਲੋਜ਼ ਹੋ ਜਾਂਦਾ, ਸੀਟਸ ਜਲਦੀ ਫੁੱਲ ਹੋ ਜਾਂਦੀਆਂ ਨੇ। ਸੋ ਤੁਸੀਂ ਜਲਦ ਤੋਂ ਜਲਦ ਅਪਲਾਈ ਕਰੋ, ਆਈ ਹੋਪ ਕਿ ਜਲਦ ਤੋਂ ਜਲਦ ਅਪਲਾਈ ਵੀ ਕਰ ਪਾਓਗੇ, ਆਪਣੀ ਡ੍ਰੀਮ ਡੈਸਟੀਨੇਸ਼ਨ 'ਤੇ ਪਹੁੰਚ ਪਾਓਗੇ। ਸੋ ਥੈਂਕ ਯੂ ਸੋ ਮਚ ਸਰ। ਥੈਂਕ ਯੂ।
सो जी आई होप नंबर नोट कर ले होंगे ऑफिस कितने कितने ने क्लीयर हो गया तुहानू जी पहुंचो जो भी ऑफिस नज़दीक पैंदा अपने डॉक्यूमेंट्स नू लैके इस दे नाल मैनू प्रीत नू वी दिओ इजाजत सत श्री अकाल।